ਮੀਟਿੰਗ 'ਚ ਮੇਰੇ ਖਿਆਲ ਸਰਬਸੰਮਤੀ ਨਾਲ ਰੈਜ਼ੋਲੂਸ਼ਨ ਪਾਸ ਕੀਤਾ ਗਿਆ ਕਿ ਰਾਹੁਲ ਗਾਂਧੀ ਜੀ ਨੂੰ ਆਪਦੇ ਅਹੁਦੇ 'ਤੇ ਬਣਿਆ ਰਹਿਣਾ ਚਾਹੀਦਾ, ਕਿ ਉਹਨਾਂ ਨੂੰ ਦੇਸ਼ ਨੂੰ ਜ਼ਰੂਰਤ ਹੈ, ਕਾਂਗਰਸ ਪਾਰਟੀ ਨੂੰ ਜ਼ਰੂਰਤ ਹੈ ਰਾਹੁਲ ਗਾਂਧੀ ਜੀ ਨੂੰ। ਸੋ ਸਰਬਸੰਮਤੀ ਨਾਲ ਰੈਜ਼ੋਲੂਸ਼ਨ ਕੈਪਟਨ ਮਹਾਰਾਜਾ ਅਮਰਿੰਦਰ ਸਿੰਘ ਜੀ ਨੇ ਪੜ੍ਹਿਆ ਅਤੇ ਉਹਨੂੰ ਸੈਕਿੰਡ ਕੀਤਾ ਜਾਖੜ ਸਾਹਿਬ ਹੋਰਾਂ ਨੇ, ਬ੍ਰਹਮਿੰਦਰਾ ਜੀ ਨੇ। ਅਤੇ ਜਿਹੜੀ ਹਾਰ ਹੋਈ ਹੈ 5 ਸੀਟਾਂ ਦੇ ਉੱਪਰ, ਉਹਦੇ ਮੰਥਨ ਹੋਇਆ, ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਵਧਾਈ ਦਿੱਤੀ ਇਸ ਗੱਲ ਦੀ ਕਿ 8 ਸੀਟਾਂ, 13 ਸੀਟਾਂ 'ਚੋਂ 8 ਜਿੱਤਣੀਆਂ। ਮੈਨੂੰ ਲੱਗਦਾ ਕਿ ਇੱਕ ਬਹੁਤ ਵੱਡੀ, ਮੈਂ ਸਮਝਦਾ ਕਿ ਕਾਮਯਾਬੀ ਕਾਂਗਰਸ ਪਾਰਟੀ ਨੂੰ ਮਿਲੀ ਹੈ ਅੱਜ ਦੇਸ਼ ਦੇ ਅੰਦਰ ਇਹਨਾਂ ਹਾਲਾਤਾਂ ਦੇ ਵਿੱਚ। ਪੰਜਾਬ 'ਚ 8 ਸੀਟਾਂ ਜਿੱਤਣੀਆਂ ਔਰ ਕਈ ਸੀਟਾਂ ਥੋੜ੍ਹੇ ਮਾਰਜਨ ਦੇ ਨਾਲ ਮੇਰੇ ਖਿਆਲ ਹਾਰਨੀਆਂ, ਮੈਨੂੰ ਲੱਗਦਾ ਕਿ ਕਿਤੇ ਉਹਨਾਂ ਦਾ, ਮੈਨੂੰ ਨਹੀਂ ਲੱਗਦਾ ਕਿ ਉਹ ਮੰਥਨ ਕਰਨ ਦੀ, ਹਾਂ ਲੇਕਿਨ ਚਿੰਤਾ ਜ਼ਾਹਿਰ ਜ਼ਰੂਰ ਕੀਤੀ ਕਿ ਅਸੀਂ 13 ਸੀਟਾਂ ਵੀ, ਮੈਨੂੰ ਲੱਗਦਾ, ਜਿੱਤ ਸਕਦੇ ਸੀ। ਲੇਕਿਨ ਕੈਪਟਨ ਅਮਰਿੰਦਰ ਸਿੰਘ ਨੂੰ ਤੋਂ ਪੂਰੀ ਲੀਡਰਸ਼ਿਪ ਨੇ, ਅਸੀਂ ਸਾਰੇ ਲੋਕਾਂ ਨੇ ਵਧਾਈ ਦਿੱਤੀ ਕਿ ਉਹਨਾਂ ਦੀ ਰਹਿਨੁਮਾਈ ਦੇ ਵਿੱਚ ਵੱਡੀ ਕਾਮਯਾਬੀ ਪੰਜਾਬ ਦੇ ਵਿੱਚ। ਘੁਬਾਇਆ ਨੇ ਕਿਹਾ ਹੈਗਾ ਕਿ ਉਹਨਾਂ ਦੀ ਹਾਰ ਦਾ ਕਾਰਨ ਉੱਥੋਂ ਦਾ ਵਿਰੋਧ ਬਣਿਆ ਆਪਸੀ ਕਾਂਗਰਸ ਦਾ, ਇਹ ਉੱਪਰ ਚਿੱਠੀ ਵੀ ਲਿਖੀ ਰਾਹੁਲ ਗਾਂਧੀ ਨੂੰ, ਅੰਦਰ ਅੰਦਰ ਇਸ ਤਰ੍ਹਾਂ ਦੀ ਕੋਈ ਚਰਚਾ ਨਹੀਂ ਹੋਈ। ਲੋਕਾਂ ਨੇ ਸਰਬਸੰਮਤੀ ਨਾਲ ਰੈਜ਼ੋਲੂਸ਼ਨ ਲੈ ਕੇ ਆਂਦਾ ਔਰ ਕੈਪਟਨ ਅਮਰਿੰਦਰ ਸਿੰਘ ਜੀ ਦਾ ਧੰਨਵਾਦ ਕੀਤਾ ਕਿ ਉਹਨਾਂ ਦੀ ਯੋਗ ਅਗਵਾਈ ਦੇ ਹੇਠ ਅਸੀਂ ਅੱਜ ਜਿਹੜੀ ਕਾਮਯਾਬੀ ਹੋਈ ਹੈ ਉਹਨਾਂ ਦੀ ਅਗਵਾਈ ਦੇ ਹੇਠ ਹੋਈ, ਉਹਨਾਂ ਦੀ ਮੁੱਖ ਮੰਤਰੀ ਸ਼ਿਪ ਦੇ ਥੱਲੇ ਹੋਈ। ਲੇਕਿਨ ਉਹਨਾਂ ਨੇ ਇਹ ਕਿਹਾ ਕਿ ਨਹੀਂ, ਇਹ ਮੇਰੀ ਜਿੱਤ ਨਹੀਂ, ਇਹ ਕਾਂਗਰਸ ਦੇ ਤਮਾਮ ਵਰਕਰਾਂ ਦੀ ਅਤੇ ਤਮਾਮ ਲੋਕਾਂ ਦੀ ਜਿੱਤ ਹੈ। ਹੋਰ ਵੀ ਕੋਈ ਚਰਚਾ ਹੋਈ? ਕਹਿ ਰਹੇ ਆ ਕਿ ਇਹ ਜਿਹੜੀ ਸਾਡੀ ਜਿੱਤ ਹੋਈ ਆ, ਜਿਹੜੇ ਸਾਡੇ ਤੇ ਵਿਆਪੀ ਦੇ ਦੋਸ਼ ਲਾਉਂਦੇ ਸੀ, ਉਹਨਾਂ ਦੀ ਹਾਰ ਹੈ। ਮੈਂ ਕਹਿਣਾ ਚਾਹੁੰਦਾ ਕਿ ਦੋ ਇੱਕ ਪਰਿਵਾਰ ਦੀ ਜਿੱਤ ਆ। ਅਕਾਲੀ ਦਲ ਬੁਰੀ ਤਰ੍ਹਾਂ ਪਛੜ ਚੁੱਕਿਆ, ਜਿੱਥੇ ਉਹਨਾਂ ਨੇ ਧਨ ਦੌਲਤ ਪੈਸਾ ਹਰ ਚੀਜ਼ ਦਾ ਇਸਤੇਮਾਲ ਕੀਤਾ, ਤਮਾਮ ਸਾਰੀ ਈਵਨ ਮਜੀਠਾ ਵਰਗੇ ਲੋਕ ਮਾਝਾ ਛੱਡ ਕੇ ਬਠਿੰਡਾ ਅਤੇ ਫਿਰੋਜ਼ਪੁਰ ਬੈਠੇ ਰਹੇ। ਮੈਨੂੰ ਲੱਗਦਾ ਕਿ ਇੱਕ ਪਰਿਵਾਰ ਦੀ ਜਿੱਤ ਹੈ। ਅਗਰ ਅਕਾਲੀ ਦਲ ਦੀ ਗੱਲ ਲਈਏ ਤਾਂ ਅਕਾਲੀ ਦਲ ਬੁਰੀ ਤਰ੍ਹਾਂ ਪਛੜਿਆ ਔਰ ਮਾੜੇ ਹਾਲਾਤ ਰਹੇ ਅਕਾਲੀ ਦਲ ਦੇ। ਗੱਲ ਬੇਅਦਬੀ ਦੇ ਮਾਮਲੇ ਦੀ ਨਹੀਂ ਹੈ, ਜਨਤਾ ਜਾਣਦੀ ਹੈ ਬੇਅਦਬੀ ਦਾ ਮਾਮਲਾ ਚੱਲਣ ਵਾਲੀ ਗੱਲ ਨਹੀਂ ਹੈ। ਲੋਕਾਂ ਦੇ ਦਿਲ 'ਚ ਇਹ ਗੱਲ ਘਰ ਘਰ ਚੁੱਕੀ ਹੈ ਕਿ ਬੇਅਦਬੀ ਜਿੱਤਣ ਦੇ ਨਾਲ, ਇਹਦਾ ਮਤਲਬ ਤੁਸੀਂ ਕਹਿੰਦੇ ਕਿ ਬੇਅਦਬੀ ਦਾ ਮਾਮਲਾ ਨਹੀਂ ਚੱਲਿਆ। ਇਹ ਬਿਲਕੁਲ ਗਲਤ ਸੋਚਣਾ ਕਿਸੇ ਵੀ ਵਿਅਕਤੀ ਦਾ ਜਾਂ ਪੱਤਰਕਾਰ ਦਾ। ਅਗਰ ਇਹ ਸੋਚ ਰਹੇ ਹੋ, ਬੇਅਦਬੀ ਦਾ ਮਸਲਾ ਹਰ ਸਿੱਖ ਦੇ ਮਨ ਦੇ ਵਿੱਚ ਹੈ, ਹਰ ਵਿਅਕਤੀ ਇਹ ਗੱਲ ਮਹਿਸੂਸ ਕਰਦਾ ਹੈ। ਜ਼ਰੂਰੀ ਨਹੀਂ ਕਿ ਜਿੱਤਣ ਦੇ ਨਾਲ ਇਹ ਉਹਨਾਂ ਨੇ ਸਾਬਤ ਕਰਤਾ ਕਿ ਬੇਅਦਬੀ ਦਾ ਮਸਲਾ ਨਹੀਂ ਸੀਗਾ। ਬੇਅਦਬੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਮੈਨੂੰ ਹਰ ਕਾਂਗਰਸੀ ਨੇ ਬੜੀ ਸ਼ਿੱਦਤ ਦੇ ਨਾਲ ਰਾਜੀਵ ਵੜਿੰਗ ਦੀ ਮਦਦ ਕੀਤੀ ਹੈ ਔਰ ਮੈਨੂੰ ਇਸ ਤਰ੍ਹਾਂ ਦੀ ਕੋਈ ਕਿਤੇ ਕੋਈ ਐਸੀ ਗੱਲ ਨਹੀਂ। ਹਰ ਵਿਅਕਤੀ ਨੇ ਬਰਲਾਡੇ ਤੋਂ ਲੈ ਕੇ ਬਠਿੰਡਾ ਅਤੇ ਲੰਬੀ ਤੱਕ ਰਾਜੇ ਵੜਿੰਗ ਦੀ ਮਦਦ ਕੀਤੀ, ਇਸੇ ਕਰਕੇ ਮੈਂ 20,000 ਦੇ ਮਾਰਜਨ 'ਤੇ ਰਿਹਾ।